ਕੰਮ ਤਾਂ ਬਣਨਾ ਕਰ ਕਰ ਕੇ ਦੇ ਸੇਵਾ।
ਪਾਪੀ ਤਰਸਾਉਂਦੀ ਰਹਿੰਦੀ ਸਿੱਧੇ ਨੂੰ ਗੱਲ ਕਿਉਂ ਨਹੀਂ ਕਹਿੰਦੀ ਕਿਉਂ ਪਾਪੀ ਤਰਸਾਉਂਦੀ ਰਹਿੰਦੀ ਸਿੱਧੇ ਨੂੰ ਗੱਲ ਕਿਉਂ ਨਹੀਂ ਕਹਿੰਦੀ ਜੇ ਨਹੀਂ ਤਾਕਤਾ ਬਣਦਾ ਹੀਲਾ ਜੇ ਨਹੀਂ ਤਾਕਤਾ ਬਣਦਾ ਹੀਲਾ ਕਰਦੇ ਹੱਥ ਕਰੇ ਮਰਕਾ ਤਾਂ ਕਰਦੀ ਤਾਂ ਕਰਦੀ ਤੇਰੀ ਨੀਤ ਰੱਖਣ ਦੀ ਛੜੇ ਨੀ ਮਰਕਾ ਤਾਂ ਕਰਦੀ ਨੀਤ ਰੱਖਣ ਦੀ ਛੜੇ ਨੀ ਮਰਕਾ ਤਾਂ ਕਰਦੀ ਅਗਲੇ ਸਾਲ ਵਿਆਹ ਪੱਕਾ ਹੋਇਆ ਉਸ ਪਿਓਰ ਨੂੰ ਉਸ ਭਰਜਾਈ ਨੇ ਰਿਸ਼ਤਾ ਕਰਵਾਇਆ ਵਿਆਹ ਤੋਂ ਅਗਲੇ ਸਾਲ ਉਹਨਾਂ ਦੇ ਘਰ ਰੱਬ ਨੇ ਨੇੜੇ ਹੋ ਕੇ ਸੁਣੀ ਇੱਕ ਕਾਕਾ ਹੋਇਆ ਉਹ ਇੱਕ ਅਨਾਊਂਸਮੈਂਟ ਆਈ ਆ ਬਈ ਸੂਬਾ ਹਲਵਾਈ ਉਹ ਮੇਰੀ ਆਵਾਜ਼ ਨੂੰ ਸੁਣਦਾ ਤਾਂ ਘਰੇ ਪਹੁੰਚ ਜਾਵੇ ਨਹੀਂ ਪਹੁੰਚਣਾ ਉਹਦੀ ਮਰਜ਼ੀ ਲਓ ਅਗਲੇ ਸਾਲ ਕਾਕਾ ਹੋਇਆ ਸੂਬਾ ਹਲਵਾਈ ਨੀ ਸੂਬਾ ਪਰਸਨਾ ਮੁੰਡਾ ਅਗਲਾ ਗੀਤ ਪੇਸ਼ ਕਰਨ ਤੋਂ ਪਹਿਲਾਂ ਮੈਂ ਦੱਸਾਂ ਕਿ ਭਰਜਾਈ ਨੇ ਦਿਓਰ ਨੂੰ ਰਿਸ਼ਤਾ ਕਰਵਾਇਆ ਦਿਓਰ ਦੇ ਅਗਲੇ ਸਾਲ ਕਾਕਾ ਹੋਇਆ ਉਹ ਦੋਏ ਜੀ ਕਾਕੇ ਦੀ ਖੁਸ਼ੀ ਦੇ ਵਿੱਚ ਇੱਕ ਦੂਜੇ ਨਾਲ ਸਲਾਹ ਕਰਦੇ ਨੇ ਵੀ ਆਪਣੇ ਘਰ ਰੱਬ ਨੇ ਨੇੜੇ ਹੋ ਕੇ ਸੁਣੀ ਹੈ ਆਪਾਂ ਕਿਉਂ ਨਾ ਕੋਈ ਖੁਸ਼ੀ ਮਨਾਈਏ ਹੁਣ ਉਹ ਦੋਏ ਜੀ ਸਲਾਹ ਕਰਦੇ ਨੇ ਕੀ ਖੁਸ਼ੀ ਕਰਨੀ ਹੈ ਕੀ ਛੱਠੀ ਮਨਾਉਣੀ ਹੈ ਤੁਸੀਂ ਗੀਤ ਰਾਹੀਂ ਸੁਣੋ ਆਓ Thank you.
किस्मत नू बह के हम तो नाम मेरा ले लेंगे, हम तो नाम मेरा ले
ਕਿਸਮਤ ਪੁੱਟ ਗਈ ਨਹੀਂ ਤਾਂ ਮੈਂ ਵੀ ਹੁਣ ਮਰੂਤੀ ਵੈਨ ਤੇ ਬੈਠ ਕੇ ਆਉਂਦਾ ਗੱਲ ਇਹ ਆ ਸਾਨੂੰ ਕਿਸੇ ਨੇ ਪੁੱਛਿਆ ਹੀ ਨਹੀਂ ਹੈ ਦਾਰੂ ਪੀਂਦਾ ਰਿਹਾ ਬਚੋਲਾ ਹੇਮਾ ਬਾਹਮਣ ਰੱਖ ਗਈ ਹੋਲਾ ਬਚੋਲੇ ਦਾ ਨਾਮ ਹੈ ਜੀ ਹੇਮਾ ਬਾਹਮਣ ਭਾਈ ਲਖੀਰ ਗਿੱਲ ਜੀ ਇੰਜੀਨੀਅਰਿੰਗ ਕਾਲਜ ਲੁਧਿਆਣਾ ਤੋਂ ਗਿੱਲਾਂ ਵਾਲੇ ਕਾਲਜ ਤੋਂ ਦਸ ਰੁਪਏ ਭੇਜਦੇ ਨੇ ਪੱਲੂ ਸਾਹਿਬ ਜੀ ਦਸ ਰੁਪਏ ਭਾਈ ਸੁਖਜੈਨ ਜੀ ਦਸ ਰੁਪਏ ਸੁਖਮੰਦਰ ਜੀ ਦਸ ਰੁਪਏ ਸਤਨਾਮ ਜੀ ਦਸ ਰੁਪਏ ਦਾਰੂ ਪੀਂਦਾ ਰਿਹਾ ਬਚੋਲਾ ਹੇਮਾ ਭਾਮਣ ਰੱਖ ਗਈਆਂ ਓਲਾ ਹੀ ਪੀਂਦਾ ਰਿਹਾ ਬਚੋਲਾ ਹੇਮਾ ਭਾਮਣ ਰੱਖ ਗਈਆਂ ਓਲਾ ਤੇਰਾ ਬਾਪ ਕੰਨਾਂ ਦਾ ਓਲਾ ਤੇਰਾ ਬੁਰਾ ਕੰਨਾਂ ਦਾ ਓਲਾ ਚੱਕਰ ਰੇੜ ਚ ਪਾਤਾ ਨੀ ਖੁਦ ਕਰ ਵਰਗੇ ਰਤਨ ਕੰਤ ਤੂੰ ਜੇਤ ਬਣਾਤਾ ਨੀ ਹਾਏ ਖੁਦ ਕਰ ਵਰਗੇ ਰਤਨ ਕੰਤ ਤੂੰ ਜੇਤ ਬਣਾਤਾ ਨਾ ਭਰਜਾਈ ਨੇ ਸੁਣੀ ਨਾ ਭਾਈ ਨੇ ਸੁਣੀ ਨਾ ਕਿਸੇ ਆਂਢੀ ਨੇ ਸੁਣੀ ਨਾ ਗੁਆਂਢੀ ਨੇ ਸੁਣੀ ਫਕੀਰ ਨੂੰ ਦੁਖੀ ਹੋਇਆ ਭਾਂਡੇ ਵੰਡਾ ਕੇ ਬਹਿ ਗਿਆ ਕੰਧ ਕੱਢ ਲਈ ਹੁਣ ਸੋਚੀ ਪਿਆ ਹੋਇਆ ਬਾਈ ਜੀ ਤੁਸੀਂ ਇੱਧਰ ਨਹੀਂ ਮਾੜਾ ਦੱਸ ਦਿਓ ਕੋਈ ਜੇ ਕੋਈ ਗੱਲਬਾਤ
ਸੌ ਦਾ ਨੋਟ ਵੀ ਕਰ ਲਿਆ ਸੀਗਾ ਤੁਸੀਂ
ਤੇ ਹੁਣ ਜਿਹੜੇ 10 ਰੁਪਏ ਤੁਸੀਂ ਖੁਸ਼ੀ ਨਾਲ ਵਾਪਸ ਲੈ ਗਏ ਹੋ ਨਾ ਇਹ ਗੱਲ ਬੜੀ ਮਾੜੀ ਹੈ ਤੇ ਮੈਂ ਫਰਾਂਸ ਸਾਹਿਬ ਦਾ ਬਹੁਤ ਮਸ਼ਕੂਰ ਹਾਂ ਕਿ ਉਹ ਪੀਜੀ ਹੋਣ ਸਾਡੇ ਯੂਨੀਵਰਸਿਟੀ ਵਾਲੇ ਮੁੰਡੇ ਬੈਠੇ ਆ ਹੁਣ ਇਹਨਾਂ ਨੇ ਵਿਚਾਰੇ ਨੇ 6 ਵਾਰੀ ਕਿਹਾ ਵੀ ਸਾਡੇ ਕੋਲ ਆਈਟਮ ਲਾ ਦਿਓ ਠੀਕ ਹੈ ਤੇ ਉਹਨਾਂ ਬੱਚਿਆਂ ਦੀ ਖਾਤਰ ਸਸਤਾ ਗੱਡੀ ਨੂੰ ਮੈਂ ਕੀ ਪੇਸ਼ਾ ਹਵਾ ਨੀ ਚੱਲਦੀ
ਤੇ ਨਾ ਕੋਈ ਮੇਰਾ ਆਉਂਦਾ ਨਾ ਕੁੜੀਆਂ ਕੁੜੀਆਂ ਸੁਣਦੀਆਂ ਤੇ ਮੈਂ ਸੋਚਿਆ ਵੀ ਸਵੇਰੇ 5 ਵਜੇ ਮੈਂ ਤਾਂ ਤੁਰ ਜਾਣਾ ਕਿਤੇ ਮੇਰਾ ਮਕਲਾਵਾ ਇਹਨਾਂ ਵਿੱਚ ਰਹਿ ਜੇ ਉਹਨੇ ਚੱਕੀ ਮੰਜੀ ਤੇ ਤੂੜੀ ਵਾਲੇ ਕੋਠੇ ਤੇ ਜਾ ਕੇ ਮੱਛਰਦਾਨੀ ਲਾ ਕੇ ਬੈਠ ਕੇ ਸੈਰ ਕਰਦੇ ਤੇ ਮੱਛਰਦਾਨੀ ਦੇ ਵਿੱਚ ਬਲਬ ਲੰਕਾ ਕੇ ਪਾਸੇ ਮਾਰਦਾ ਫਿਰ ਰਹਿ ਗਿਆ ਹੁਣ ਚੰਨ ਚੰਨੀ ਰਾਤ ਦੇ ਵਿੱਚ ਜਦੋਂ ਪਾਸਾ ਲੈਂਦਾ ਕਦੇ ਬਲਬ ਬੁੱਝ ਜਾਂਦਾ ਕਦੇ ਜਗ ਪੈਂਦਾ ਉਹਦੇ ਘਰ ਵਾਲੀ ਮੈਨੂੰ ਯਾਦ ਆ ਗਈ ਆਪਣੀ ਰਾਤ ਉਹਦੇ ਘਰ ਵਾਲੀ ਜਦ ਉਹਦੇ ਕੋਲ ਆਈ ਤਾਂ ਉਹਨੂੰ ਕਹਿੰਦਾ ਭਾਗ ਵਾਲੇ ਤੁਹਾਨੂੰ ਪਤਾ ਹੈ ਵੀ ਫੌਜੀ ਬੰਦੇ ਦਾ ਵੀ ਕੋਈ ਕਾਨੂੰਨ ਹੁੰਦਾ ਹੈਗਾ ਠੀਕ ਹੈ ਉਹਨੂੰ ਜਾਂ ਨੀਂਦ ਪਿਆਰੀ ਹੁੰਦੀ ਹੈ ਜਾਂ ਇਹ ਪ੍ਰੋਗਰਾਮ ਪਿਆਰਾ ਹੁੰਦਾ ਹੈਗਾ ਲਓ ਹੁਣ ਉਹਨੂੰ ਸ਼ਾਰਟ ਕਰਕੇ ਸਮਝਾਉਂਦਾ ਕਿ ਮੇਰੇ ਕੋਲ ਡੇਢ ਘੰਟਾ ਸਾਰਾ ਰਹਿ ਗਿਆ ਤੇ ਇਹ ਡੇਢ ਦੋ ਘੰਟੇ ਵਿੱਚ ਜਿਹੜੀ ਤੂੰ ਗੱਲਬਾਤ ਕਰਨੀ ਹੈ ਕਰਦਾ ਮੈਂ ਸਵੇਰੇ ਪਾਣੀ ਵਿੱਚ ਨਿਕਲਦੇ ਫਿਰ ਮੈਂ ਤੈਨੂੰ ਸਾਲ ਨਹੀਂ ਮਿਲੂੰਗਾ ਤੇ ਉਹਨੇ ਤੇਰੇ ਕੀ ਗੱਲ ਕਰਨੀ ਆ ਹੁਣ ਉਹ ਆਨੀ ਬਾਨੀ ਕਰੇ ਉਹ ਕੇਲਾ ਦਿੰਦਾ ਕਦੇ ਉਹਨੂੰ ਦੁੱਧ ਪਿਲਾਉਂਦਾ ਕਦੇ ਉਹਨੂੰ ਸੰਤਰੇ ਦੀ ਖਾਲੀ ਦਿੰਦਾ ਪਤਾ ਨਹੀਂ ਕੀ ਕਰਦਾ ਕਦੇ ਅੰਬ ਦਿੰਦਾ ਕਦੇ ਕੀ ਕਹਿੰਦਾ ਕੀ ਰਹੀ ਤੁਸੀਂ ਕੀ ਕਰਾਈ ਤੁਹਾਨੂੰ ਕੀ ਕਹਿੰਦਾ
ਪਾਸਾ ਲੈਂਦੀ ਹੈ ਨਾ ਹੱਥੋਂ ਮਜੇ ਤੇ ਪਾਸਾ ਲੈਂਦੀ ਹੈ ਨਾ
Thank you.
ترجمة
ਕਰਮੀ ਹੋੜ ਲਿਆ ਨਾ ਲੋੜ ਜੈ ਕੁਹੇ ਵਸ ਕਰਮੀ ਹੋੜ ਲਿਆ ਨਾ ਲੋੜ